ਰਾਤ ਗੱਲ ਕਰਦਾ, ਡੈਡੀ ਕੱਲ੍ਹ ਝੋਨਾ ਵੱਢਣਾ ਸੀ ਅਤੇ ਆਪਾਂ ਨੂੰ ਕੋਈ ਮਜਬੂਰੀ ਕੰਮ ਪੈ ਗਿਆ ਜ਼ਰੂਰੀ, ਇਸ ਕਰਕੇ ਰਾਤ ਇਸ ਗੱਲ ਦਾ ਪਤਾ ਹੀ ਕੋਈ ਨਹੀਂ ਸੀ ਵੀ ਕੁਦਰਤ ਨੇ ਇੰਨੀ ਕਰੋਪੀ ਸਾਡੇ 'ਤੇ ਇੰਨੀ। ਕਹਿਰ ਕਿਸਾਨ ਦਾ ਜੇ ਵਿਚਾਰਾ ਮਹਿੰਗਾਈ ਦੀ ਮਾਰ ਕਦੇ ਦੱਬਿਆ ਹੋਇਆ ਕੁਦਰਤ ਵੀ ਕਰੋਪ ਹੋ ਗਈ ਆ, ਪਰਮਾਤਮਾ ਇਹੋ ਜਿਹਾ ਨਾ ਕਰੇ ਕਿ ਅਜੇ ਵੀ ਕੁਛ ਨਾ ਕੁਛ, ਚਲੋ ਉਮੀਦ ਹੋਵੇ ਕਿ ਕੁਛ ਨਾ ਕੁਛ ਪੱਲੇ ਪੈ ਜਾਵੇ ਕਿਸਾਨ ਦੇ। ਪਰ ਜੋ ਵੀ ਹਾਲਾਤ ਹੈ ਤੁਹਾਡੇ ਸਾਹਮਣੇ, ਫਸਲਾਂ ਦੇ ਹਾਲਾਤ ਜੋ ਵੀ ਆ, ਮੌਜੂਦਾ ਹਾਲਾਤ ਤੁਸੀਂ ਆਪ ਹੀ ਗਰਾਊਂਡ ਡਰਾਈਵਰ ਧਿਆਨ ਕੇ ਵੇਖੋ ਵੀ ਥੱਲੇ ਤੇਲਾ ਪੈ ਗਿਆ ਵਾ, ਆਹ ਮੁੱਜਰਾਂ ਜਿਹੜੀ ਸਾਰੀਆਂ ਥੱਲੇ ਲੱਗ ਗਈਆਂ, ਕੱਚਾ ਸਾਰਾ ਝੋਨਾ ਆ, ਸਾਰਾ ਕਾਲਾ ਝਾਨਾ ਝੋਨਾ ਹੋ ਗਿਆ ਵਾ, ਇਹਦਾ ਕੀ ਸਾਨੂੰ ਉੱਥੋਂ ਰੇਟ ਮਿਲੇਗਾ? ਇਸ ਕਰਕੇ ਸਰਕਾਰਾਂ ਨੂੰ ਇਹੋ ਬੇਨਤੀ ਕਰਦੇ ਹਾਂ ਵੀ ਇਹਦਾ ਪਾਣੀ 'ਚ ਡੁੱਬਾ, ਜਿਹੜਾ ਪਾਣੀ 'ਚ ਦਾਣੇ ਡੁੱਬੇ ਆ ਜਿਹੜੇ ਉੱਗ ਪੈਣੇ ਨੇ, ਉੱਗੀ ਪਤਾ ਮੁੜ ਕੇ ਸਾਨੂੰ ਰੇਟ ਨਹੀਂ ਹੈਗਾ ਮਿਲਣਾ। 1700-1800 2000 ਅੱਗੇ ਭਾਅ ਦੱਸਣ ਡੇ ਆ, ਜਾਂ ਹੁਣ ਵਿੱਚੋਂ ਕਾਲੇ ਦਾਣੇ ਹੋ ਗਏ ਤਾਂ ਕੀ ਸਾਡਾ ਉੱਥੇ ਮੁੱਲ ਪਏਗਾ? ਇਸ ਕਰਕੇ ਸਰਕਾਰਾਂ ਨੂੰ ਬੇਨਤੀ ਕਰਦੇ ਵੀ ਗਰਾਊਂਡ ਲੈਵਲ 'ਤੇ ਆਣ ਕੇ ਗਰਦੌਰੀ ਕਰਾ ਕੇ ਅਤੇ ਕੁਛ ਨਾ ਕੁਛ ਸਰਕਾਰਾਂ ਜਿਹੜੀਆਂ ਕਿਸਾਨਾਂ ਦੇ ਪੱਲੇ ਕੋਈ ਨਾ ਕੋਈ ਪਾ ਦਿਆ ਕਰੋ। ਬੀਤੀ ਰਾਤ ਮੀਂਹ ਹਨੇਰੀ ਅਤੇ ਝੱਖੜ ਕਾਰਨ ਕਿਸਾਨਾਂ ਦੀ ਜਿਹੜੀ ਝੋਨੇ ਦੀ ਫਸਲ ਆ ਉਹ ਹੇਠਾਂ ਜ਼ਮੀਨ 'ਤੇ ਵਿਛ ਗਈ, ਜਿਸ ਨਾਲ ਕਿਸਾਨਾਂ ਦਾ ਫਸਲਾਂ ਦਾ ਭਾਰੀ ਨੁਕਸਾਨ ਹੋਇਆ ਅਤੇ ਇਹ ਜ਼ਮੀਨ ਉੱਪਰ ਵਿਛੀ ਝੋਨੇ ਦੀ ਅਤੇ ਬਾਸਪਤੀ ਫਸਲ ਨਾਲ ਜਿੱਥੇ ਜਿਹੜੇ ਝਾੜ 'ਤੇ ਫਰਕ ਪਏਗਾ ਉੱਥੇ ਕਿਸਾਨੀ ਦੀ ਆਰਥਿਕ ਪੱਖੋਂ ਵੀ ਕਿਸਾਨ ਨੂੰ ਕਾਫੀ ਸੱਟ ਵੱਜੇਗੀ। ਆਪਾਂ ਗੱਲਬਾਤ ਕਰਦੇ ਹਾਂ ਵੱਖ ਵੱਖ ਪਿੰਡਾਂ ਦੇ ਵੱਖ ਵੱਖ ਕਿਸਾਨਾਂ ਨਾਲ ਕਿ ਇਹ ਜੇ ਕੁਦਰਤ ਦੀ ਜਿਹੜੀ ਕਰੋਪੀ ਨਾਲ ਕਿਸਾਨਾਂ ਦਾ ਨੁਕਸਾਨ ਹੋਇਆ ਉਹ ਕੀ ਕਹਿੰਦੇ ਨੇ? ਜਿਹੜਾ ਮੀਂਹ ਝੱਖੜ ਤੂਫਾਨ ਆਇਆ ਉਸ ਨਾਲ ਇਹ ਜਿਹੜੀ ਬਾਸਪਤੀ ਦੀ ਫਸਲ ਆ ਇਹ ਹੇਠਾਂ ਵਿੱਚ ਗਈ, ਇਹ ਕੀ ਕਹਿੰਦੇ ਤੁਸੀਂ? ਬੇਨਤੀ ਇਸ ਤਰ੍ਹਾਂ ਦੋਸਤੋ, ਮੇਰਾ ਪਿੰਡ ਬਦੋਵਾਲ ਕਲਾਂ, ਤਹਿਸੀਲ ਬਟਾਲਾ, ਫਤਿਹਗੜ੍ਹ ਚੂੜੀਆਂ, ਜ਼ਿਲ੍ਹਾ ਗੁਰਦਾਸਪੁਰ, ਬਿਲਕੁਲ ਫਤਿਹਗੜ੍ਹ ਦੇ ਨਜ਼ਦੀਕ ਹੀ ਆਪਾਂ ਰਹਿ ਰਹੇ ਹਾਂ। ਆਹ ਵੇਖੋ ਬੱਚਿਆਂ ਵਾਂਗੂ ਪਾਲੀਆਂ ਫਸਲਾਂ ਵੇਖ ਵੇਖ ਕੇ ਸੱਚੀ ਮੁੱਚੀ ਰੋਣ ਆਉਂਦਾ। ਮੈਂ ਗੱਲ ਕਹਿਣ ਦੀ ਗੱਲ ਨਹੀਂ ਗੀ, ਸੱਚੀ ਮੁੱਚੀ ਰੋਣ ਆਉਂਦਾ। ਦੱਸੋ 25-25 ਹਜ਼ਾਰ ਰੁਪਈਆ ਸਾਡਾ ਉੱਤੇ ਖਰਚਾ ਆ ਗਿਆ ਇਹਦੇ, ਅਤੇ ਅਸੀਂ ਇੱਥੋਂ ਕੀ ਵੱਢਾਂਗੇ ਕੀ ਕਰਾਂਗੇ? ਮੇਰੇ ਪਰਿਵਾਰ, ਮੇਰੇ ਬੱਚਾ ਰਾਤ ਗੱਲ ਕਰਦਾ, ਡੈਡੀ ਕੱਲ੍ਹ ਝੋਨਾ ਵੱਢਣਾ ਸੀ ਅਤੇ ਆਪਾਂ ਨੂੰ ਕੋਈ ਮਜਬੂਰੀ ਕੰਮ ਪੈ ਗਿਆ ਜ਼ਰੂਰੀ, ਇਸ ਕਰਕੇ ਰਾਤ ਇਸ ਗੱਲ ਦਾ ਪਤਾ ਹੀ ਕੋਈ ਨਹੀਂ ਸੀ ਵੀ ਕੁਦਰਤ ਨੇ ਇੰਨੀ ਕਰੋਪੀ ਸਾਡੇ 'ਤੇ, ਇੰਨਾ ਸਾਡੇ ਗਰੀਬਾਂ 'ਤੇ। ਜਿਵੇਂ ਸਰਕਾਰਾਂ ਕਹਿ ਤਾਂ ਦਿੰਦੀਆਂ ਨੇ ਅਸੀਂ ਤੁਹਾਨੂੰ ਮੁਆਵਜ਼ਾ ਦਿਆਂਗੇ, ਅਸੀਂ ਤੁਹਾਨੂੰ ਫਲਾਣ ਦਿਆਂਗੇ, ਕਦੀ ਕਿਸੇ ਨੂੰ ਕੱਖ ਮਿਲਿਆ ਤਾਂ ਹੈ ਨੀਗਾ। ਅਸੀਂ ਬੇਨਤੀ ਕਰਦੇ ਹਾਂ ਵੀ ਭਰਾਓ, ਕਿਸਾਨ ਭਰਾਓ, ਇਹਨਾਂ ਨਾਲ ਕੀ ਗੱਲ ਕਰੀਏ? ਸਰਕਾਰਾਂ ਨਾਲ ਕਿਹਦੀ ਸਰਕਾਰ ਦੀ ਗੱਲ ਕਰੀਏ? ਆਹ ਵੇਖੋ ਨਾ ਹੁਣ ਸਾਡੀ ਫਸਲ ਦਾ ਕੀ ਹਾਲ ਹੋਇਆ ਵਾ, ਬਹੁਤ ਭੈੜਾ ਹਾਲ ਹੋਇਆ ਵਾ। ਇੱਥੋਂ ਸਾਨੂੰ ਬਹੁਤ ਆਰਥਿਕ ਤੌਰ 'ਤੇ ਦਿਨੋਂ ਦਿਨ ਥੱਲੇ ਜਾ ਰਹੇ ਹਾਂ ਅਸੀਂ। ਇਸ ਵਾਸਤੇ ਸਰਕਾਰਾਂ ਨੂੰ ਬੇਨਤੀ ਕਰਦੇ ਹਾਂ ਵੀ ਇਹ ਜ਼ਰੂਰ ਕਿਸਾਨਾਂ ਭਰਾਵਾਂ ਦਾ ਕੁਛ ਨਾ ਕੁਛ, ਸਾਡਾ ਕੁਝ ਵਿਚਾਰਾਂ ਵੇਖੋ, ਸਾਡੇ ਵੱਲ ਵੇਖੋ ਤਾਂ ਸਹੀ, ਸਾਡਾ ਹਾਲ ਕੀ ਹੋ ਰਿਹਾ ਵਾ। ਸਾਡੇ ਬੱਚੇ ਭੁੱਖੇ ਮਰਦੇ ਵਿਚਾਰੇ ਬਾਹਰਲਿਆਂ ਮੁਲਕਾਂ ਜਾ ਰਹੇ ਨੇ। ਕਿਸਾਨੀ ਨੂੰ ਕੀ ਕਰੀਏ, ਕਿਵੇਂ ਕਰੀਏ, ਪ੍ਰਫੁੱਲਤ ਕਰੀਏ, ਇਹਨੂੰ ਕਿਸ ਤਰ੍ਹਾਂ ਕਰੀਏ? ਤੇ ਗੱਲਾਂ ਤੇ ਸਾਨੂੰ ਆਖ ਦਿੰਦੇ ਹੋ ਆਹ ਬੀਜ ਲਓ, ਆਹ ਬੀਜ ਲਓ, ਆਹ ਬੀਜ ਲਓ, ਕੀ ਬੀਜੀਏ? ਸਾਨੂੰ ਕਿਸੇ ਚੀਜ਼ ਦਾ ਭਾਅ ਨਹੀਂ ਮਿਲ ਰਿਹਾ, ਝੋਨੇ ਦਾ ਬੁਰਾ ਹਾਲ ਹੋਇਆ ਵਾ ਤੇ ਮੈਨੂੰ ਤੇ ਮੈਂ ਦੁੱਖ ਬੜਾ ਵਾ। ਇਸ ਕਰਕੇ ਮੈਂ ਜ਼ਿਆਦੀਆਂ ਗੱਲਾਂ ਨਾ ਕਰਾਂ, ਬੇਨਤੀ ਕਰਦਾ ਵਾਂ ਭਰਾਓ ਸਾਰਿਓ, ਇਹਨਾਂ ਦੀ ਵੇਖੋ, ਅਰਦਾਸ ਕਰੋ ਮਹਾਰਾਜ ਗਾੜੀ ਸੱਚੇ ਪਾਤਸ਼ਾਹ, ਇਹਨਾਂ ਦੇ ਪਤਾ ਨਹੀਂ ਸਾਨੂੰ ਕੀ ਦੇਣਾ ਤੇ ਕੀ ਨਹੀਂ ਦੇਣਾ, ਸਾਡੇ ਤੇ ਕੁਦਰਤ ਵਾਲਾ ਕਰੋਪ ਨਾ ਹੋਵੇ। ਇਸ ਵਾਸਤੇ ਮੈਂ ਬਹੁਤੀਆਂ ਗੱਲਾਂ ਨਾ ਕਰਾਂ, ਸਰਕਾਰ ਗਾੜੀ ਬੇਨਤੀ ਕਰਾਂਗਾ
ਵੀ ਭਰਾਓ ਇਹਦੀ ਛੇਤੀ ਤੋਂ ਛੇਤੀ ਤੁਸੀਂ ਕਹਿ ਤੇ ਛੱਡ ਦਿਓ ਗਰਦੌਰੀ ਕਰਾਵਾਂਗੇ, ਪਰ ਕਰਾਵਾਂਗੇ ਹੀ ਰਹਿ ਜਾਂਦੀ ਆ, ਕੋਈ ਗਰਦੌਰੀ ਵਾਲਾ ਕੋਈ ਆਉਂਦਾ ਹੀ ਨਹੀਂ, ਕੋਈ ਗੱਲ ਹੁੰਦੀ ਨਹੀਂ, ਸਾਨੂੰ ਕੋਈ ਮੁਆਵਜ਼ਾ ਮਿਲਦਾ ਨੀਗਾ ਇਹਨਾਂ ਲਫ਼ਜ਼ਾਂ ਨਾਲ ਹੀ। ਮੈਂ ਖਿਮਾ ਦਾ ਜਾਜ ਕਿਹਾ ਵਾਹਿਗੁਰੂ ਜੀ ਕਾ ਖਾਲਸਾ ਜੀ। ਜੋ ਕੱਲ੍ਹ ਰਾਤ ਹਨੇਰੀ ਝੱਖੜ ਚੱਲਿਆ ਆ ਕਿਸੇ ਤੋਂ ਛੁਪਿਆ ਨੀਗਾ, ਉਹਦੇ ਮੌਜੂਦਾ ਹਾਲਾਤ ਆ ਸਾਰਿਆਂ ਦੇ ਸਾਹਮਣੇ ਆ ਜੀ। ਬਾਸਮਤੀ ਦਾ ਜੋ ਹਾਲਾਤ ਨੇ ਉਹ ਆਪਾਂ ਵੇਖ ਸਕਦੇ ਹਾਂ, ਇਹਦੇ ਵਿੱਚ ਕੋਈ ਉਹ ਦੋ ਰਾਏ ਨਹੀਂ ਗੀ ਕਿ ਹੁਣ ਆਪਾਂ ਅੰਦਾਜ਼ਾ ਲਾ ਹੀ ਸਕਦੇ ਹਾਂ ਬਾਠ ਸਾਹਿਬ ਕਿ ਕਿੰਨਾ ਨੁਕਸਾਨ ਹੋ ਗਿਆ ਹੈਗਾ। ਚਲੋ ਹੁਣ ਹੋਰ ਤਾਂ ਕੁਛ ਕੀਤਾ ਨਹੀਂ ਜਾ ਸਕਦਾ, ਹੁਣ ਤਾਂ ਇਹੀ ਸਰਕਾਰ ਅੱਗੇ ਹੀ ਆ ਗੁਜ਼ਾਰਿਸ਼ ਵੀ ਸਰਕਾਰ ਕਿਸਾਨਾਂ ਦੀ ਬਾਂਹ ਫੜੇ ਅਤੇ ਕੁਛ ਨਾ ਕੁਛ ਮਾਲੀ ਮਦਦ ਕੀਤੀ ਜਾਵੇ ਜੀ। ਧੰਨਵਾਦ ਜੀ। ਵੇਖੋ ਵੱਖ ਵੱਖ ਆਗੂਆਂ ਨੇ ਅੱਗੇ ਵੀ ਗੱਲ ਕੀਤੀ ਆ ਵੀ ਬਾਸਮਤੀ ਜਿਹੜੀ ਸੀ ਉਹ ਅਜੇ ਨਾ ਨਿਸਰੀ ਸੀ, ਦਾਣਾ ਨਹੀਂ ਬਾਸਮਤੀ ਦੇ ਵਿੱਚ ਭਰਿਆ ਜਿਹਨੂੰ 17-18 ਆਪਾਂ ਬੀਜ ਕਹਿੰਦੇ ਹਾਂ, ਅਤੇ ਰਾਤ ਜਿਵੇਂ ਹਨੇਰ ਝੱਖੜ ਆਇਆ ਕੁਛ ਦਾਣੇ ਗਲਿਆਂ ਦੇ ਵੀ ਆਏ ਆ। ਚਲੋ ਗਲਿਆਂ ਨੇ ਬਹੁਤ ਜ਼ਿਆਦਾ ਨੁਕਸਾਨ ਤਾਂ ਨਹੀਂ ਕੀਤਾ, ਪਰ ਜਿਹੜੇ ਬਾਸਮਤੀ ਸੀ ਕੱਚੀ ਉਹਦੇ ਦਾਣੇ ਅਜੇ ਨਹੀਂ ਪਏ ਅਤੇ ਉਹ ਥੱਲੇ ਪਾਣੀ ਹੋਣ ਕਰਕੇ ਸਿੱਲ ਹੋਣ ਕਰਕੇ ਬਿਲਕੁਲ ਜ਼ਮੀਨ 'ਤੇ ਲਾਗੇ ਲੱਗ ਗਈ ਆ, ਥੱਲੇ ਲੱਗ ਗਈ ਆ। ਹੁਣ ਉਹ ਜਿਹੜੀ ਬਾਸਮਤੀ ਆ ਜਿਹੜੀ ਲੰਮੇ ਪਈ ਆ ਇਹ ਇਹਨੂੰ ਜੋ ਮਰਜ਼ੀ ਹੋਏ ਥੱਲੇ ਇਹਦੇ ਨਾ ਥੋੜ੍ਹਾ ਥੋੜ੍ਹਾ ਕਰਕੇ ਤੇਲਾ ਪਿਆ ਹੁੰਦਾ ਵਾ, ਇਸ ਕਰਕੇ ਹੁਣ ਦਾਣੇ ਜਿਹੜੇ ਤਾਂ ਨਹੀਂ ਉੱਠ ਸਕਦੇ, ਨਾ ਇਹ ਗੋਡਾ ਮਾਰ ਕੇ ਤਾਂ ਉੱਠ ਸਕਦੇ ਨੇ ਨਾ, ਅਤੇ ਸਾਨੂੰ ਇਹਦੇ ਵਿੱਚ ਬਹੁਤ ਜ਼ਿਆਦਾ ਘਾਟ, ਇੱਕ ਘਾਟ ਨਹੀਂ ਕਿ ਪੈਣੀ ਜਦੋਂ ਫਸਲ ਡਿੱਗਦੀ ਆ ਨਾ। ਉਤਰਾਂ ਬਾਠ ਸਾਹਿਬ ਦੀ ਕਟਾਈ ਜਿਹੜੀ ਕਰਾਵਾਂਗੇ ਆਪਾਂ 1400-1500 ਰੁਪਈਆ ਕੰਬਾਈਨ ਦੀ ਜਿਹੜੀ ਕਟਾਈ ਆ, ਹੁਣ ਸਾਨੂੰ ਡਬਲ ਦੇਣੀ ਪੈਣੀ ਹੈ ਕੰਬਾਈਨ ਵਾਲਿਆਂ ਦਾ ਵੀ ਤੇਲ ਬਲਣਾ ਵਾ, ਇੱਕ ਵਾਰੀ ਗਾਂਹ ਜਾਣੀ ਆ ਫਿਰ ਪਛਾਂ ਆਉਣੀ ਆ, ਇੱਕ ਉਹ ਭਾਅ ਡਬਲ ਹੋ ਗਿਆ, ਦੂਸਰਾ ਜਦੋਂ ਉਹਦੀ ਚੈਨ ਚੱਲਦੀ ਆ ਤਾਂ ਕਿੰਨੇ ਕੁ ਦਾਣੇ ਆਪਾਂ ਕੰਬਾਈਨ ਥੱਲਿਓਂ ਫੜ ਲਏਗੀ, 2 ਕੁਇੰਟਲ ਜਿਹੜੇ ਸਾਡੇ ਦਾਣੇ ਵਿੱਚ ਡਿੱਗ ਪੈਣੇ ਆ। ਜਿਹੜੇ ਦਾਣੇ ਥੱਲੇ ਡਿੱਗਣਾ ਵਾ ਜਿਹੜਾ ਥੱਲਿਓਂ, ਹੁਣ ਇਹਨੇ ਇਹਨੇ ਪੂਰਾ ਪ੍ਰੋਪਰ ਪੱਕਣਾ ਨੀਗਾ, ਜਦੋਂ ਆਪਾਂ ਇਹਨੂੰ ਫਸਲ ਨੂੰ ਇਸ ਤਰ੍ਹਾਂ ਅੱਧ ਵਰਿੱਟੀ ਕਰਕੇ ਖਾਣਾ ਵਾ ਉੱਥੇ ਜਦੋਂ ਰੇਟ ਲੱਗਣਾ ਉਹਨਾਂ ਕਹਿਣਾ ਅੱਧੇ ਦਾਣੇ ਹਰੇ ਅੱਧੇ ਪਿੱਲੇ ਨੇ, ਇਸ ਕਰਕੇ ਸਾਨੂੰ ਸਾਰ ਚਫੇਰਿਓਂ ਹੀ ਬੜੀ ਮਾਰ ਪੈਂਦੀ ਆ। ਅਤੇ ਮੈਂ ਸਰਕਾਰ ਗਾਰੀ ਸਾਰ ਭਗਵੰਤ ਗਾਰੀ ਮਾਨ ਸਾਹਿਬ ਗਾੜੀ ਬੇਨਤੀ ਕਰਦਾ ਵਾਂ ਵੀ ਇਕੱਲੀ ਗੱਲ ਨਾ ਕਰ ਛੱਡਿਆ ਕਰੋ ਵੀ ਗਰਦੌਰੀ ਕਰਤੀ ਚੰਡੀਗੜ੍ਹ ਬਹਿ ਕੇ, ਗਰਦੌਰੀ ਕਰਤੀ ਦਿੱਲੀ ਬਹਿ ਕੇ। ਮੈਂ ਉਹਨਾਂ ਨੂੰ ਬੇਨਤੀ ਕਰਦਾ ਵਾਂ ਵੀ ਲਾਗੇ ਗਰਾਊਂਡ ਲੈਵਲ 'ਤੇ ਤੁਸੀਂ ਆਣ ਕੇ ਵੇਖ ਲਓ, ਆਣ ਕੇ ਜੇ ਤਾਂ ਆਪਾਂ ਝੂਠ ਬੋਲਦੇ ਹਾਂ ਤਾਂ ਵੀ ਤਾਂ ਤੁਹਾਨੂੰ ਪਤਾ ਲੱਗ ਜਾਣਾ ਵੀ ਆਪਾਂ ਗਲਤ ਗੱਲ ਕਰ ਰਹੇ ਹਾਂ। ਇਸ ਕਰਕੇ ਮੁਆਵਜ਼ਾ ਦੇਣ ਦੀ ਖੇਚਲ ਕਰਨੀ ਚਾਹੀਦੀ ਹੈ ਸਰਕਾਰ ਨੂੰ, ਪਰ ਕਰਦੀ ਨਹੀਂ ਖੇਚਲ, ਸਾਡੀਆਂ ਗੱਲਾਂ ਤੱਕ ਹੀ ਰਹਿ ਜਾਂਦੀਆਂ, ਪਰ ਤੁਹਾਡਾ ਧੰਨਵਾਦ ਕਰਦਾ ਵਾਂ ਤੁਸੀਂ ਸਾਡੀ ਗੱਲ ਜਿਹੜੀ ਆ ਸਰਕਾਰ ਤੱਕ ਪਹੁੰਚਾਓਗੇ। ਇਸ ਕਰਕੇ ਇਹਦੇ ਨਾਲ ਸਾਨੂੰ ਝਾੜ ਦਾ ਵੀ ਫਰਕ ਪੈਣਾ ਵਾ, ਝਾੜ ਦਾ ਵੇਖ ਲਓ, ਝਾੜ ਦਾ ਥੱਲੇ ਵੇਖ ਲਓ ਇਹ ਫਰਕ ਪੈ ਜਾਣਾ, ਉਸ ਤਰ੍ਹਾਂ ਇਹ 20 ਕੁਇੰਟਲ ਦੇ ਲਾਗੇ ਜਿਹੜਾ ਵਾ ਇਹ 17-18 ਉਸ ਦਾ ਸੋਰੀ ਜਿਹਨੂੰ ਆਪਾਂ 1690 ਕਹਿੰਦੇ ਹਾਂ, 1509 ਇਹ 20 ਕੁਇੰਟਲ ਦੇ 22 ਕੁਇੰਟਲ ਦੇ ਲਾਗੇ ਚੱਲ ਜਾਂਦਾ, ਮੇਰੇ ਹਿਸਾਬ ਨਾਲ 15 ਕੁਇੰਟਲ ਤੱਕ ਰਹਿ ਜੂਗਾ, ਹੁਣ ਇਹ ਬਹੁਤ ਜ਼ਿਆਦਾ 7-8 ਕੁਇੰਟਲ ਦਾ ਫਰਕ ਪੈ ਜਾਏਗਾ। ਉੱਧਰੋਂ ਐਰਕਾ ਰੇਟ ਦੀ ਬੜੀ ਮਾਰ ਪੈਣ ਡੀ ਹੈ, ਜਿੱਥੇ ਪਿਛਲੇ ਸਾਲ ਇਹ 3500-3600 ਰੁਪਈਏ ਨੂੰ ਵਿਕ ਗਿਆ, ਇਹਦੀ ਸਟਾਰਟਿੰਗ 2000 ਰੁਪਈਏ ਨੂੰ ਹੋਈ ਐਰਕਾ, ਇਸ ਕਰਕੇ ਮਤਲਬ ਵੀ 10,000 ਕਿੱਲਾ ਉੱਧਰੋਂ ਉੱਡ ਗਿਆ, 10,000 ਕਿੱਲਾ ਇੱਧਰੋਂ ਮਰ ਗਿਆ, ਮਤਲਬ ਪੈਸੇ ਹੀ ਪੂਰੇ ਹੋਣੇ ਆ। 17-18 ਹਜ਼ਾਰ ਰੁਪਇਆ ਖਰਚਾ ਹੁੰਦਾ, 20,000 ਰੁਪਇਆ ਮਹਾ ਇੱਥੇ ਕਿ ਜੇ ਇੰਨੇ ਪਹੁੰਚ ਰਿਹਾ 25-30 ਹਜ਼ਾਰ ਮਸਾਂ ਪੈਸੇ ਕਿਸਾਨ ਦੇ ਪੂਰੇ ਹੁੰਦੇ ਜੇ ਪੂਰਾ ਪ੍ਰੋਪਰ ਖਰਚਾ ਲਾਈਏ ਤੇ। ਇਸ ਕਰਕੇ ਇਹ ਆ ਵੀ ਸਰਕਾਰਾਂ ਨੂੰ ਫਿਰ ਦੁਬਾਰੇ ਬੇਨਤੀ ਕਰਦੇ ਹਾਂ ਵੀ ਇਕੱਲੀ ਗਰਦੌਰੀ ਨਾ ਕਰਾਹੜਿਆ ਕਰੋ, ਗਰਦੌਰੀ ਕਰਾ ਕੇ ਅਤੇ ਕਿਸੇ ਕਿਸਾਨ ਦੇ ਖਾਤੇ 'ਚ ਪੈਸੇ ਪਾ ਕੇ ਅਤੇ ਦੱਸਿਆ ਕਰੋ ਵੀ ਆਹ ਭਾਅ ਜੀ ਦੇ ਦਿੱਤੇ ਜੇ ਤੁਹਾਨੂੰ, ਅਸੀਂ ਗੱਲਾਂ ਨਹੀਂ ਇਕੱਲੀਆਂ ਕਰਦੇ। ਇਸ ਕਰਕੇ ਤੁਹਾਡਾ ਇੱਥੇ ਆਉਣ 'ਤੇ ਬਹੁਤ ਧੰਨਵਾਦ ਹੈ ਜੀ। ਕੋਈ ਬਾਠ ਸਾਹਿਬ ਨੁਕਸਾਨ ਅਤੇ ਨਿਆਣੇ ਨੂੰ ਪੁੱਛੋ ਉਹਨੇ ਵੀ ਦੱਸ ਦੇਣਾ ਆ, ਪਰ ਨੁਕਸਾਨ ਜੋ ਹੋ ਗਿਆ ਆ ਉਹਨੂੰ ਅਸੀਂ ਕਿਸੇ ਰੁੱਕ ਸਿੱਧਾ ਨਹੀਂ ਕਰ ਸਕਦੇ, ਨਾ ਇਹਨੂੰ ਚੁੱਕ ਸਕਦੇ ਹਾਂ, ਨਾ ਹੀ ਇਹਨੂੰ ਵੱਢ ਸਕਦੇ ਹਾਂ। ਇਹਦਾ ਜਿੰਨਾ ਨੁਕਸਾਨ ਸਾਡਾ ਹੁਣ ਤੱਕ ਹੋ ਗਿਆ ਆ, 25-20 ਹਜ਼ਾਰ ਰੁਪਇਆ ਅਸੀਂ ਖਰਚਾ ਲਾਇਆ, 60-65 ਹਜ਼ਾਰ ਰੁਪਇਆ ਠੇਕਾ, ਜੋ ਸਾਨੂੰ ਅੱਜ ਤੱਕ ਕਿਸੇ ਸਰਕਾਰ ਨੇ ਮੁਆਵਜ਼ਾ ਨਹੀਂ ਇਹਦਾ ਦਿੱਤਾ ਵੀ ਸਾਡਾ ਨੁਕਸਾਨ ਇੰਨਾ ਹੋ ਜਾਂਦਾ ਆ।
ਗਰਦੌਰੀਆਂ ਹੋ ਜਾਂਦੀਆਂ ਆ, ਕਾਗਜ਼ੀ ਪੱਤਰੀ ਨਾ ਕੋਈ ਮੁੜ ਕੇ ਪੁੱਛਦਾ ਆ। ਇਹ ਸਰਕਾਰਾਂ ਨੂੰ ਅਸੀਂ ਬੇਨਤੀ ਕਰਦੇ ਹਾਂ, ਗਰਦੌਰੀਆਂ ਕਰੋ ਇਹਦੀਆਂ, ਆਣ ਕੇ ਗਰਾਊਂਡ ਲੈਵਲ 'ਤੇ ਵੇਖ ਕੇ ਇਹਦੀ ਗਰਦੌਰੀ ਕੀਤੀ ਜਾਵੇ ਅਤੇ ਮੁਆਵਜ਼ੇ ਦਿੱਤੇ ਜਾਣ, ਜੋ ਕਿ ਕਿਸਾਨ ਦੀ ਮਾਲੀ ਹਾਲਤ ਜਿੰਨੀ ਕਮਜ਼ੋਰ ਹੁੰਦੀ ਆ ਉਹਦਾ ਕੋਈ ਹੱਲ ਲੱਭੇ ਸਰਕਾਰ। ਕਿਸਾਨ ਕਿੱਧਰ ਜਾਏਗਾ ਜਿਹਦੇ ਕੋਲ 2 ਕਿੱਲੇ ਪੈਲੀ ਆ, 3 ਕਿੱਲੇ ਉਹਦੇ 2-3 ਨਿਆਣੇ ਆ, ਉਹ ਕਿਸ ਤਰ੍ਹਾਂ ਪਾਲੇਗਾ? ਉਹ ਭੁੱਖੇ ਮਰਦੇ, ਮੁੜ ਕੇ ਪੈਲੀਆਂ ਵੇਚ ਕੇ ਬਾਹਰ ਨੂੰ ਭੱਜਣਗੇ, ਕਨੇਡਾ ਨੂੰ ਜਾਏਗਾ, ਕੋਈ ਆਸਟ੍ਰੇਲੀਆ ਨੂੰ ਜਾਏਗਾ। ਜੇ ਸਰਕਾਰਾਂ ਸਾਨੂੰ ਇੱਥੇ ਪੂਰੇ ਮੁਆਵਜ਼ੇ ਦੇਣ, ਸਾਨੂੰ ਪੂਰੇ ਮੁੱਲ ਦੇਣ। ਹੁਣ ਮੰਡੀ ਲੈ ਕੇ ਜਾਈਦੀ ਆ ਫਸਲ, ਉੱਥੇ 2,000-2,200 ਰੇਟ ਲੱਗਣ ਡਿਆ, ਕਿੱਥੇ ਪਿਛਲੇ ਸਾਲ 3,600 ਨੂੰ ਵੇਚੀ ਆ, ਐਤਕਾ ਸਾਨੂੰ 2,000 ਨੂੰ ਵੇਚਣ ਡਈ ਆ। ਸਾਨੂੰ ਤਾਂ ਇੱਕ ਰੇਟ ਦੀ ਮਾਰ, ਇੱਕ ਸਾਨੂੰ ਜਿਹੜੀ ਕੁਦਰਤੀ ਮਾਰ ਵੱਜੀ ਆ, ਇਹ 2-2 ਮਾਰਾਂ ਕਿਸ ਤਰ੍ਹਾਂ ਕਿਸਾਨ ਚੱਲੂਗਾ? ਸਰਕਾਰ ਨੂੰ ਚਾਹੀਦਾ ਗਰਾਊਂਡ ਲੈਵਲ 'ਤੇ ਗਰਦੌਰੀਆਂ ਕਰੋ, ਇਹਨੂੰ ਆਣ ਕੇ ਵੇਖ ਕੇ ਇਹਦੇ ਮੁਆਵਜ਼ੇ ਦਿਓ। ਸਾਡਾ ਜਿੰਨਾ ਨੁਕਸਾਨ ਹੋਇਆ ਇਹ ਪੂਰਾ ਤਾਂ ਨਹੀਂ ਕਰ ਸਕਦੀਆਂ ਸਰਕਾਰਾਂ, ਪਰ ਇਹ ਆ ਥੋੜ੍ਹਾ ਬਹੁਤਾ ਕਿਸਾਨ ਦੀ ਬਾਹ ਫੜੇ ਸਰਕਾਰ, ਜਿਹੜੀ ਮੌਜੂਦਾ ਸਰਕਾਰ ਆ ਇਹਦੇ ਫਰਜ਼ ਬਣਦੇ ਨੇ। ਇੱਥੇ ਚੁਣ ਕੇ ਕਲਾਈ ਹੋਈ ਸਾਡੀ ਸਰਕਾਰ ਨੁਮਾਇੰਦੇ ਆ, ਇਹ ਗੱਲ ਕਰਨ ਉੱਥੇ, ਇਹਨਾਂ ਕੋਲ ਗੱਲ ਕਰਕੇ ਇਹਦੇ ਗਰਦੌਰੀਆਂ ਕਰਕੇ ਇਹਦੇ ਮੁਆਵਜ਼ੇ ਦਿੱਤੇ ਜਾਣ ਜੀ। ਵੇਖੋ ਕਿੰਨਾ ਨੁਕਸਾਨ ਹੋਇਆ, ਵੇਖੋ ਸਹੀ ਫਸਲ ਦਾ ਇੱਕ ਵਾਰਾਂ ਵੇਖੋ ਇਹ ਦਰਬਾਰ ਸਾਹਿਬ ਕੀ ਹਾਲ ਹੋਇਆ ਇਹਦਾ।